ਆਜੋ ਬਾਲੋ ਬੱਚਿਓ ਆਜੋ ਗੁਬਾਰਿਆਂ ਵਾਲਾ ਆਇਆ ਜੇ ਘਰ ਦੇ ਟੁੱਟੇ ਭਜੇ ਫਰਨੀਚਰ ਤੋਂ ਗੁਬਾਰੇ ਸੁੱਕੀਆਂ ਬੈਟਰੀਆਂ ਤੋਂ ਗੁਬਾਰੇ ਬਾਈ ਖਿਆਲ ਹੈ ਤੈਨੂੰ ਬਾਈ ਆਪਣੇ ਮੇਰਾ ਗੁਬਾਰਾ ਫੋੜ ਦੀਆ ਯਾਰ ਬਾਈ ਆਪਣੇ ਫੋੜਿਆ और CTN प्रैंक को सब्सक्राइब करें। मिलते हैं अगली वीडियो के साथ। अल्लाह हाफिज़। पाकिस्तान जिंदाबाद। बेच लो घर दे बैटरियां, बेच लो घर दे स्कूटर, बेच लो घर दे पखे पुखे, बेच लो गुब्बारे लो। ਉਹ ਭਾਈ ਖਾਰ ਹੈ ਤੈਨੂੰ ਕੀ ਹੋਇਆ ਭਾਈ? ਗੁਬਾਰੇ ਦੀ ਭੈਣ ਨੂੰ ਅਗਵਾਰਾ ਕਿਉਂ ਪਾੜਿਆ? ਮੈਂ ਪਾੜਿਆ? ਤੂੰ ਪਾੜਿਆ, ਤੂੰ ਪਿੱਛੇ ਆ ਰਿਹਾ? ਨਹੀਂ ਮੈਂ ਪਾੜਿਆ। ਉਹ ਭਾਈ ਤੂੰ ਪਾੜਿਆ ਯਾਰ, ਤੇਰਾ ਦਿਮਾਗ ਖਰਾਬ ਹੈ। ਤੇਰਾ ਦਿਮਾਗ ਖਰਾਬ ਹੈ? ਤੇਰਾ ਭਾਈ ਖਰਾਬ ਹੈ ਭਾਈ। ਇਹ ਮੇਰਾ ਗੁਬਾਰਾ ਤੂੰ ਪਾੜਿਆ? ਮੈਂ ਪਾਗਲਾ ਭਾਈ? ਉਹ ਦਰਿਆਈ ਘੋੜੇ ਤੂੰ ਪਾੜਿਆ? ਮੈਂ ਨਹੀਂ ਪਾੜਿਆ ਭਾਈ। ਹਾਂ ਰਿਚ ਦੇ ਮੂੰਹ ਵਾਲਾ ਕਰਦਾ ਕੀ ਹੈ? ਮੈਂ ਪਾੜਿਆ? ਉਹ ਤੂੰ ਪਾੜਿਆ ਭਈਆ, ਪਾੜਿਆ ਪਰਿਆ ਉਹ ਤੂੰ ਪਾੜਿਆ ਪਿੱਛੇ ਪਾੜਿਆ। ਉਹ ਭਾਈ ਪੈਸੇ ਦੇ ਕੇ ਪੈਸੇ ਦੇ ਲੋਕੀ ਗੱਲ ਕੀ ਭਾਜੀ? ਆ ਬਗਰ ਮੇਰਾ ਗੁਬਾਰਾ ਪਾੜਿਆ? ਮੈਂ ਪਾੜਿਆ ਅੰਤ ਕੇ ਤੂੰ ਪਾੜਿਆ? ਕਿੰਨੇ ਪਾੜਿਆ ਗੁਬਾਰਾ? ਭਾਈ ਨੇ ਪਾੜਿਆ। ਮੈਂ ਕਦੋਂ ਪਾੜਿਆ? ਤੂੰ ਪਾੜਿਆ ਯਾਰ, ਮੇਰੇ ਪੰਨੇ ਮੇਰੇ ਯਾਰ ਬਗਰ ਇਧਰੋਂ ਆ ਰਿਹਾ। ਮੈਂ ਪੜਿਆ? ਉਹ ਦਰਿਆਈ ਦੁਮੇ ਤੂੰ ਪੜਿਆ? ਮੈਂ ਪੜਿਆ। ਦੱਸ ਹੋਰ ਕਿਹਨੇ ਪੜਿਆ? ਤੂੰ ਪੜਿਆ ਉਹ ਭਾਈ, ਤੂੰ ਪੜਿਆ ਪਰੇ ਕਰੋ। ਤੂੰ ਸਾਰਾ ਪੜਿਆ ਉਹ ਯਾਰ, ਤੂੰ ਪੜਿਆ ਉਹ ਤੋਂ ਬਦਮਾਸ਼ੀ ਕਰਵਾ ਰਿਹਾ। ਤੂੰ ਦੂਰ ਹੋ ਮੈਂ ਤੂੰ। ਹਲੋ ਗੱਲ ਸੁਣੀ, ਗੁਬਾਰਾ ਤੂੰ ਪੜਿਆ? ਭਾਈ ਮੈਂ ਨਹੀਂ ਪੜਿਆ ਯਾਰ। ਹੋਰ ਕਿਹਨੇ ਪੜਿਆ? ਓਏ ਜਿਵੇਂ ਸਿਰ ਦਗੜਾ ਜੇ ਕੰਮ ਦਾ ਲੋਟਾ ਪਿਆ। ਮੈਂ ਤੈਨੂੰ ਇਧਰੋਂ ਸਿੱਟਣੀ ਆ। ਓ ਭਾਈ ਇਧਰ ਕਿਧਰੋਂ ਸਿੱਟਣੀ? ਚੱਲ ਚੱਲ ਪਰੇ ਹੋ ਤੂੰ। ਓ ਭਾਈ ਪਰਵਾਰੇ ਗੁਬਾਰਿਆਂ ਵਾਲਾ ਆਇਆ ਜੇ ਆਜੋ ਬਾਲੋ ਬੱਚਿਓ ਲੈ ਲੋ ਗੁਬਾਰੇ ਗੁਬਾਰਿਆਂ ਵਾਲਾ ਆਇਆ ਜੇ ਮੇਰੇ ਗੁਬਾਰੇ ਬੜੇ ਮਜ਼ੇਦਾਰ। ਉਹ ਭਾਈ ਕੀ ਗੱਲ ਕਰ, ਮੇਰੇ ਗੁਬਾਰੇ ਤੂੰ ਫੋੜਦੇ ਨੇ? ਮੈਂ ਨਹੀਂ ਫੋੜਿਆ। ਉਹ ਭਾਈ ਕਿਉਂ ਨਹੀਂ ਫੋੜਿਆ? ਦੇਖ ਨਹੀਂ ਫੋੜਿਆ ਭਾਜੀ। ਉਹ ਭਾਈ ਕਿਹੜਾ, ਇੱਥੇ ਕੋਈ ਬੰਦਾ ਨਹੀਂ ਹੈ ਭਾਜੀ। ਮੈਂ ਨਹੀਂ ਫੋੜਿਆ ਭਾਜੀ, ਮੇਰਾ ਦਿਮਾਗ ਖਰਾਬ। ਉਹ ਭਾਈ ਯਾਰ ਤੂੰ ਹੀ ਫੋੜੇ ਨੇ, ਦੇਖ ਮੁੰਡੇ ਨੇ ਫੋੜਿਆ ਯਾਰ। ਦੇਖ ਮੇਰੇ ਗੁਬਾਰੇ ਬਾਰੇ ਭਾਜੀ, ਮੈਂ ਨਹੀਂ ਫੋੜਿਆ ਉਸ ਮੁੰਡੇ ਨੇ। ਫੋੜ ਰਿਛ ਦੇ ਮੂੰਹ ਵਾਲੇ ਤੂੰ ਫੋੜੇ ਨੇ? ਉਹ ਭਾਜੀ ਮੈਂ ਨਹੀਂ ਫੋੜਿਆ ਉਸ ਮੁੰਡੇ। ਉਹ ਦਰਿਆਈ ਦੁਮੇ ਤੂੰ ਫੋੜੇ ਨੇ ਭਾਜੀ? ਤੁਸੀਂ ਫੋੜਿਆ ਮੇਰੇ? ਵੇਖ ਕਿੰਨੀ ਜ਼ਿਆਦਤੀ ਹੋਈ ਹੈ, ਚੈੱਕ ਕਰ। ਉਹ ਭਾਜੀ ਯਾਰ ਮੈਂ ਬਹੁਤ ਗਰੀਬ ਆਦਮੀ ਯਾਰ, ਜੇ ਮੇਰਾ ਮਕਾਨ ਹੈ ਯਾਰ। ਯਾਰ ਤੂੰ ਦੇਖ ਯਾਰ ਭਾਜੀ, ਮੈਂ ਨਹੀਂ ਫੜਿਆ ਤੇਰਾ ਗੁਬਾਰਾ। ਪੈਸੇ ਦੇ ਭਾਈ ਤੂੰ ਫੋੜਿਆ। ਮੈਂ ਕੋਈ ਵੇਖ ਮੇਰੇ ਪਿੱਛੇ ਕੌਣ ਆ ਰਿਹਾ ਸੀ? ਤੂੰ ਸੀ? ਉਹ ਯਾਰ ਮੈਂ ਤੈਨੂੰ ਇਹ ਗੱਲ ਕਰ ਰਿਹਾ, ਤੈਨੂੰ ਵੇਖ ਗਿਆ। ਮੇਰੀ ਗੱਲ ਸੁਣ ਲੈ ਮੈਂ ਭਾਜੀ, ਮੈਂ ਕਿਹੜਾ ਗੁਬਾਰਾ? ਮੈਂ ਚਲ ਗਿਆ ਗੁਬਾਰਾ ਦੇ ਪੈਸੇ ਮੈਂ ਕਿਧਰ ਦੇ ਦਾ? ਗੁਬਾਰਾ ਤੂੰ ਫੋੜਿਆ, ਮੈਂ ਕਿਧਰ ਦੇ ਦਾਂ? ਗੁਬਾਰੇ ਮਜ਼ੇਦਾਰ ਹੈ ਗੁਬਾਰੇ, ਮੁਸੇ ਲਿਆ ਕਰੋ ਪੈਸੇ ਦਿਆ ਕਰੋ। ਬਿੱਲੋ ਕੋ ਠੁਮਕੇ ਦੇਖੋ ਅੱਜ ਹਮਾਰੇ ਵੀ ਦੇਖੋ, ਮੇਰੇ ਪਾਸ ਲੈ ਲੋ ਗੁਬਾਰੇ, ਭਾਈ ਨੇ ਬੈਟਰੀਆਂ ਤੋਂ ਗੁਬਾਰੇ ਘਰ ਦੇ। ਭਾਈ ਕਿਆ ਹੈ, ਕਿਆ ਤਮੀਜ਼ ਹੈ ਜੇ ਯਾਰ? ਆਪਨੇ ਮੇਰਾ ਗੁਬਾਰਾ ਕਿਉਂ ਫੋੜਿਆ ਯਾਰ? ਭਾਈ ਨੇ ਆਪਨੇ ਫੋੜਾ ਜੇ ਦੇਖੋ ਨਾ। ਮੈਂ ਨਹੀਂ ਫੋੜਿਆ ਯਾਰ। ਯਾਰ ਮੇਰੇ 3-4 ਗੁਬਾਰੇ ਤੇ ਮੈਂ ਜਾਣਾ ਤਾਂ ਘਰ ਯਾਰ। ਫੋੜਿਆ ਯਾਰ? ਭਾਈ ਤੁਮਨੇ ਫੋੜਿਆ? ਕਿਆ ਬਾਤ ਕਿਆ ਯਾਰ? ਝਾਵੇਂ ਦਾ ਹੁੰਦਾ ਯਾਰ, ਇਨਸੇ ਪੁੱਛੋ ਯਾਰ, ਇਨਸੇ ਪੁੱਛੋ। ਮੈਂ ਖਰਬੂਜੇ ਲੱਗ ਰਹੇ ਹੋ ਆਪ? ਕਮੇਟੀਆਂ ਖਾਣ ਵਾਲਾ ਰਿਸ਼ਾ ਪੈਸੇ ਦੇ। ਜਤੀਮਾਂ ਦੇ ਪੈਸੇ ਖਾ ਕੇ ਲਿਆ। ਮੈਂ ਗਰੀਬ ਆਦਮੀ, ਮੈਂ ਜਤੀਮ ਆ, ਮੇਰੀ ਮਾਂ ਮਰ ਗਈ, ਮੇਰਾ ਪਿਓ ਮਰ ਗਿਆ। ਉਹ ਜਤੀਮਾਂ ਦੇ ਪੈਸੇ ਖਾਣ ਵਾਲਿਆ ਪੈਸੇ ਦੇ ਪੈਸੇ ਪਹਿਲੇ ਇੱਕ ਮਿੰਟ ਮੇਰੀ ਗੱਲ ਸੁਣੋ।
ਅਸਾ ਕਰ ਰਹੇ ਤੁਹਾਡਾ ਮਜ਼ਾਕ ਉਹ ਸਾਹਮਣੇ ਕੈਮਰਾ ਸਾਡਾ ਆਪਣਾ ਫੁੱਲ ਬਣਵਾਣੇ ਕੇ ਲਈ ਮੁਝੇ ਪੂਰਾ 1500 ਰੁਪਿਆ ਲਗਾ ਪੰਜ ਗੁਬਾਰੋ ਪਰ ਗੁਬਾਰਾ 1000 ਰੁਪਏ ਕਾ ਫੁੱਲ ਬਣਵਾਣੇ ਕਾ 1500 ਪੰਜ ਗੁਬਾਰੋ ਪਰ ਬਣਵਾਏ ਹੈ ਪੰਜ ਗੁਬਾਰੋ ਪਰ ਫੁੱਲ ਜੇ ਪੰਜ ਗੁਬਾਰਾ ਪਰ ਬਣਵਾਏ ਹੈ ਹਾਂ ਨਹੀਂ ਭਾਈ ਪੈਸਾ ਦੋ ਗੁਬਾਰਿਆਂ ਦੇ ਪੈਸੇ ਦੇਣੇ ਕਿ ਨਹੀਂ ਹੁੰਦੇ ਭਾਜੀ ਮੇਰੇ ਕੋਲੇ ਵਨ ਫਿਰ ਤੇ ਕਾਲ ਕਰਾਂ ਵਨ ਫਿਰ ਤੇ ਕਾਲ ਕਰ ਲੈ ਤੂੰ ਫਿਰ ਵਨ ਮੈਨੂੰ ਇਹਦੇ ਸਿਰ ਦੀ ਕਸਮ ਮੈਂ ਨਹੀਂ ਰੋਜ਼ੀ ਕਮਾਉਣੇ ਆਪਣੇ ਫੋੜੇ ਆ ਮੁਝੇ ਕਿਆ ਜ਼ਰੂਰਤ ਇਸਕੇ ਗੁਬਾਰੇ ਫੋੜਨੇ ਕੀ ਭਾਈ ਆਪਨੇ ਯਾਰ ਭਾਈ ਆਪਕੋ ਦੇਖਾ ਤੋ ਮੈਨੇ ਆਪਕੋ ਭਾਈ ਮੈਂ ਤੋ ਕਾਲ ਪੇ ਲਗਾ ਰਹਾ ਥਾ ਮੈਨੇ ਕਬ ਫੋੜਿਆ ਹਮਾਰੀ ਕੋ ਦੁਸ਼ਮਣੀ ਚੱਲ ਰਹੀ ਭਾਈ ਦੇਖੇ ਯਾਰ ਮੁਝੇ ਨਹੀਂ ਪਤਾ ਲੇਕਿਨ ਆਪ ਮੈਂ ਯਾਰ ਦੇਖੇ ਰੋਣੇ ਵਾਲਾ ਮੂੰਹ ਕਰ ਲਿਆ ਰੋਣਾ ਮੈਂ ਕਹਾਂ ਸੇ ਪੈਸੇ ਕਿਉਂ ਦੂੰ ਭਾਈ ਯਾਰ ਮੁਝੇ ਨਹੀਂ ਪਤਾ ਮੇਰੇ ਗੁਬਾਰੇ ਕੋ ਪੈਸੇ ਦੋ ਯਾਰ ਇਸਨੇ ਫੋੜਿਆ ਕਿਆ ਆਪ ਬਤਾਓ ਯਾਰ ਪੈਸੇ ਦੇ ਭਾਈ ਨੇ 1000 ਕਾ ਇੱਕ ਗੁਬਾਰਾ ਯਾਰ ਯਾਰ ਜਿਤਨੇ ਕਾ ਵੀ ਆਇਆ ਇਸੇ ਇਨਸੇ ਲੋ ਪੈਸੇ ਇਨਦੇ ਇਹਨਾਂ ਨੇ ਫੋੜਿਆ ਹੈ ਮੈਨੇ ਕੀ ਯਾਰ ਤੋਂ ਜਿਸ ਭੱਜਣ ਵਾਲਾ ਕੁੱਤਾ ਹੁੰਦਾ ਹੈ ਇਸਰਾ ਤੋਂ ਮੂੰਹ ਕੱਢਿਆ ਹੈ ਇਸਨੇ ਫੋੜਿਆ ਇਹ ਬਾਤ ਵਿੱਚ ਜ਼ਿਆਤੀ ਨਹੀਂ ਕਰਤੇ ਯਾਰ ਇਹ ਜ਼ਿਆਤੀ ਵਾਲੀ ਕੌਣ ਸੀ ਬਾਤ ਹੈ ਗਲਤ ਕਰ ਰਹੇ ਨਾ ਆਪ ਇਹ ਪਕੜੇ ਯਾਰ ਭਾਈ ਜਾਨ ਮੈਨੇ ਆਟਾ ਵੀ ਲੈ ਕੇ ਜਾਣਾ ਮਿਹਰਬਾਨੀ ਗਰੀਬ ਆਦਮੀ ਦੇਖ ਪਤਾ ਨਹੀਂ ਭਾਈ ਜਾਨ ਮੈਨੇ ਬੱਚੋ ਪਰ ਵੀ ਲੈ ਕੇ ਜਾਣੇ ਯਾਰ ਛੋਟੇ ਬੱਚੇ ਛੋਟੇ ਯਾਰ ਗਲਤ ਮੈਨੇ ਨਹੀਂ ਫੋੜੇ ਯਾਰ ਭਾਈ ਇਹ ਬਾਤ ਨਾ ਨਾ ਵੀ ਯਾਰ ਚੁੱਪ ਕਰ ਤੂੰ ਆਪਨੇ ਫੋੜੇ ਆ ਮੈਂ ਮੁਝੇ ਕਿਆ ਜ਼ਰੂਰਤ ਯਾਰ ਜ਼ਬਾਨ ਸੰਭਾਲ ਕੇ ਬਾਤ ਕਰੋ ਮੇਰੇ ਸੇ ਹਾਂ ਮੈਂ ਕਿਆ ਜ਼ਰੂਰਤ ਜਾਓ ਯਾਰ ਜਾਓ ਭਾਈ ਇਸੇ ਨੇ ਫੋੜੇ ਯਾਰ ਆਪ ਬਤਾਓ ਆਪਨੇ ਫੋੜੇ ਆ ਮੈਂ ਮੁਝੇ ਕਿਆ ਜ਼ਰੂਰਤ ਇਲਜ਼ਾਮ ਨਾ ਦੋ ਇਸੇ ਫੋੜੇ ਇਸੇ ਨੇ ਫੋੜੇ ਇਸੇ ਨੇ ਭਾਈ ਯਾਰ ਤੂਨੇ ਫੋੜੇ ਆ ਯਾਰ ਕਿਆ ਬਾਤ ਕਰ ਰਿਹਾ ਯਾਰ ਤੂੰ ਇੱਕ ਦੋ ਗੁਬਾਰੇ ਫੋੜ ਮੈਂ ਡਬਰੀ ਫਸਾ ਜ਼ਿਆਦਤੀ ਕਰਤਾ ਹੈ ਉੱਪਰ ਸੇ ਮਾਰ ਵੀ ਲਾ ਸੇ ਬਤਾਓ ਆਪ ਮੈਂ ਮੁਝੇ ਕਿਆ ਬਤਾਓ ਇਸੇ ਬਤਾਓ ਬਤਾਓ ਸੇ ਆਪਨੇ ਫੋੜੇ ਓਏ ਬਾਤ ਸੁਣ ਮੈਂ ਨਹੀਂ ਫੋੜੇ ਤੂਨੇ ਫੋੜੇ ਮੈਂ ਨਹੀਂ ਫੋੜੇ ਆਪਨੇ ਫੋੜਿਆ ਬਤਾਓ ਉੱਪਰ ਸੇ ਮਾਰੀ ਜਾ ਰਹੇ ਯਾਰ ਗਰੀਬ ਆਦਮੀ ਕੋ ਆਪ ਐਸੇ ਰਾਸਤੇ ਮੈਂ ਜਾਤੇ ਹੋਏ ਕੁਛ ਗਰੀਬ ਹੈ ਤਾਂ ਤੂਨੇ ਉਸਕੇ ਗੁਬਾਰੇ ਭਾਈ ਆਪਨੇ ਫੋੜੇ ਮੈਂ ਤਾਂ ਆਪਕੋ ਦੇਖਾ ਭਾਈ ਇਸੇ ਕਿਉਂ ਝਗੜਾ ਕਰ ਰਹੇ ਹੋ ਭਾਈ ਇਸੇ ਕਿਉਂ ਝਗੜਾ ਕਰ ਰਹੇ ਹੋ ਭਾਈ ਮੈਨੇ ਆਪਕੋ ਦੇਖਾ ਦੇਖਾ ਮੈਂ ਤਾਂ ਪਿੱਛੇ ਆ ਰਹੀ ਹਾਂ ਯਾਰ ਤੂੰ ਬਦਮਾਸ਼ੀ ਕਰ ਭਾਈ ਮੈਨੇ ਇਸਕੋ ਦੇਖਾ ਮੂੰਹ ਦੇਖ ਆਪਣੇ ਜੇ ਕਬਰ ਦੇ ਲੋਟਾ ਪਿਆ ਹੁੰਦਾ ਸੰਭਾਲ ਕੇ ਬਾਤ ਕਰੋ ਮੁਝਸੇ ਭਾਈ ਆਪਣੀ ਸ਼ਕਲ ਦੇਖੋ ਨਾ ਤੂੰ ਇਸਕੋ ਕਿਉਂ ਮਾਰ ਰਹੇ ਮੈਂ ਉਸ ਜਿਹੜਾ ਪੜਾ ਲਿਖਾ ਆਦਮੀ ਹੈ ਇਹ ਗਰੀਬ ਆਦਮੀ ਯਾਰ ਹੈਲਪ ਕੀ ਤੋ ਆਪਨੇ ਫੋੜੇ ਆ ਤੋ ਹੈਲਪ ਕੀ ਹੈ ਮੁਝੇ ਕੀ ਜ਼ਰੂਰਤ ਹੈ ਆਪਕੋ ਜ਼ਰੂਰਤ ਪਤਾ ਨਹੀਂ ਕਿਆ ਹੈ ਮੁਝਸੇ ਕੋਈ ਦੁਸ਼ਮਣੀ ਹੈ ਆਪਕੇ ਆਪਨੇ ਕਿਉਂ ਆਪਨੇ ਕਿਉਂ ਯਾਰ ਉੱਪਰ ਬਤਾਓ ਸੇ ਬਤਾਓ ਸੇ ਬਾਤ ਸੁਣ ਬਤਾਓ ਮਾਰ ਕਾ ਹੋ ਗਿਆ ਯਾਰ ਤੁਮ ਝਗੜਾ ਕਿਉਂ ਕਰ ਰਹੇ ਹੋ ਯਾਰ ਕੀ ਬਾਤ ਹੈ ਕੀ ਬਾਤ ਹੈ ਯਾਰ ਹਮ ਲੋਗ ਨਾ ਤੇਸੇ ਮਜ਼ਾਕ ਕਰ ਰਹੇ ਥੇ ਕੀ ਇਹ ਇਹ ਮਜ਼ਾਕ ਹੈ ਯਾਰ ਯਾਰ ਬਾਸ ਭਾਈ ਕੀ ਹੋ ਗਿਆ ਯਾਰ ਆਪਨੇ ਬੁਰਾ ਮਹਿਸੂਸ ਨਹੀਂ ਕਰਨਾ ਭਾਈ ਕੀ ਬਾਤ ਸੁਣੇ ਕੀ ਕਰ ਰਹੇ ਹੈ ਕੈਮਰਾ ਲਗਾ ਹਮਾਰਾ YouTube ਤੇ ਚੈਨਲ ਹੈ ਜੀ ਸੱਚ ਮਜ਼ਾਕ ਕਰ ਰਹੇ ਥੇ ਕਮਾਲ ਹੈ ਯਾਰ ਸਰ ਯਾਰ ਕਿਸਾ ਨਾ ਕਰਨਾ ਹੱਥ ਲਾ ਦੋ ਜ਼ਰਾ ਕਿਸਾ ਨਾ ਕਰ